ਪਰੇਮ ਸਤਕਾਰਯੋਗ ਸਾਥਸੰਗਤ ਜੀ ਰਸਨਾ ਪਵਿੱਤਰ ਕਰੀਏ ਤੇ ਆਖੀਏ ਤਾਨਸੀਰੀ ਸਾਧਗੁਰੂ ਜਗਜੀਤ ਸਿੰਘ ਜੀ ਤਾਨਸੀਰੀ ਸਾਧਗੁਰੂ ਉਦੇਸ ਸਿੰਘ ਜੀ ਸਾਥਸੰਗਤ ਜੀ ਅੱਜ ਦੀ ਸਾਖੀ ਸੰਬੰਧਿਤ ਹੈ ਸੰਤ ਗੁਰਦੇਵਾਲ ਸਿੰਘ ਜੀ ਰਾਮਗੜ੍ਹ ਵਾਲੇ ਸਾਖੀ ਦਾ ਸਿਰਲੇਖ ਹੈ ਪਗ ਪਗ ਪਰ ਸੰਕਟ ਹਰੇ ਪਗ ਪਗ ਪਰ ਸੰਕਟ ਹਰੇ ਪਗ ਪਗ ਬਨੇ ਕਿਰਪਾਲ ਪਗ ਪਗ ਕਰੀ ਸਹਾਇਤਾ ਸਤਗੁਰੂ ਦੀਨ ਦਿਆਲ ਸ਼੍ਰੀ ਸਤਗੁਰ ਜੀ ਦੀ ਮਹਿਮਾ ਅਪਰੰ ਪਾਰ ਹੈ ਉਹਨਾਂ ਦੀ ਕਿਰਪਾ ਦਾ ਇੱਕ ਵਾਕਿਆ ਇਸ ਤਰ੍ਹਾਂ ਹੈ ਸਨ ਗੁਰਦਿਆਲ ਸਿੰਘ ਜੀ ਦਾ ਇੱਕ ਬੇਟਾ ਸੀ ਜਿਸ ਦੀ ਇੱਕ ਬਾਹ ਆਕੜਦੀ ਜਾ ਰਹੀ ਸੀ ਉੱਪਰ ਹੀਠਾ ਬਾਹ ਨੂੰ ਕਰਨਾ ਮੁਸ਼ਕਿਲ ਹੋ ਜਾ ਰਿਹਾ ਸੀ ਸੰਤ ਗੁਰਿਆਲ ਸਿੰਘ ਜੀ ਦੀ ਸਤਗੁਰਾਂ ਪ੍ਰਤੀ ਸ਼ਰਧਾ ਭਾਵਨਾ ਅਤੇ ਪੂਰੀ ਪੂਰੀ ਆਸਤਾ ਸੀ ਅਸਲ ਵਿੱਚ ਜਦੋਂ ਵੀ ਕਿਸੇ ਦਾ ਕੋਈ ਦੁੱਖ ਵੱਧਦਾ ਹੈ ਤਾਂ ਉਸ ਦੇ ਮੂੰਹੋਂ ਅਚਨਚੇਤ ਹੀ ਹਾਏ ਮਾਂ ਹਾਏ ਮਾਂ ਸ਼ਬਦ ਨਿਕਲਦਾ ਹੈ ਟੀ ਜਿਨ੍ਹਾਂ ਦਾ ਮਾਤਾ ਪਿਤਾ ਹੀ ਉਹ ਅਕਾਲਪੁਰਖ ਹੋਵੇ ਫਿਰ ਕਾਟਾ ਕਿਹੜੀ ਚੀਜ਼ ਦਾ ਇਸੇ ਤਰ੍ਹਾਂ ਹੀ ਗੁਰਦਿਆਲ ਸਿੰਘ ਨੇ ਸਾਧਗੁਰਾਂ ਦੇ ਚਰਣਾ ਵਿੱਚ ਲੀਨ ਹੋ ਕੇ ਸਾਧਗੁਰਾਂ ਨੂੰ ਬੁਕਾਰਿਆ ਬੇਟੇ ਦੇ ਇਸ ਕਸ਼ਟ ਸਮੇਂ ਉਹਨਾਂ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਹਨਾਂ ਨੇ ਮਾਨਵੀਚੇ ਨਿਰਣਾ ਲਿਆ ਕਿ ਉਹ ਸ਼੍ਰੀ ਪੈਣੀ ਸਾਹਿਬ ਜਾ ਕੇ ਸ਼੍ਰੀ ਸਾਧਗੁਰੂ ਸੱਚਾ ਬਾਛਾ ਜੀ ਨੂੰ ਅਰਜ ਕਰਨਗੇ ਇਸ ਗੱਲ ਦੀ ਖਬਰ ਸੰਤਨਗਰ ਦੇ ਭਗਵਾਨ ਸਿੰਘ ਨੂੰ ਮਿਲੀ ਉਹ ਸੰਤ ਗੁੜਿਆਲ ਸਿੰਘ ਜੀ ਨੂੰ ਮਿਲਣ ਲਈ ਚਾਲ ਪਏ ਭਗਵਾਨ ਸਿੰਘ ਨੇ ਸੰਤ ਜੀ ਨੂੰ ਦੱਸਿਆ ਕਿ ਉਹਨਾਂ ਦੇ ਲੜਕੇ ਦੀ ਵੀ ਬਾਹ ਟੁੱਟ ਗਈ ਹੈ ਸੋਜ ਵੀ ਬਹੁਤ ਜ਼ਿਆਦਾ ਹੋ ਗਈ ਹੈ ਹੱਡੀ ਟੁੱਟ ਕੇ ਤਿੰਨ ਟੁਕੜੇ ਹੋ ਗਈ ਹੈ ਡਾਕਟਰਾਂ ਨੇ ਆਪਰੇਸ਼ਨ ਕਰਕੇ ਦੀਨੋ ਟੁਕੜੇ ਕਾੜ ਦਿੱਤੇ ਹਨ ਪਰ ਬਾ ਦਿਨੋ ਦਿਨ ਸੁੱਕਦੀ ਹੀ ਚਲੀ ਜਾ ਰਹੀ ਹੈ ਉਹ ਚਿੰਤੀ ਹਨ ਉਹਨਾਂ ਨੇ ਸੈਂਟ ਗੁਰਦਿਆਲ ਸਿੰਘ ਹੋਰਾਂ ਕੋਲ ਬੇਨਤੀ ਕੀਤੀ ਕਿ ਉਹ ਅਸੂ ਦੇ ਜਾਪ ਰੋਗ ਵਿੱਚ ਜਦੋਂ ਸ਼੍ਰੀ ਭੈਣੀ ਸਾਹਿਬ ਜਾਨ ਤਾਂ ਸਤਗੁਰੂ ਜੀ ਅੱਗੇ ਉਹਨਾਂ ਦੇ ਵੀ ਕਾਕੇ ਦੀ ਬਾਹ ਸੰਬੰਧੀ ਅਰਜ਼ ਕਰਨ ਸੈਂਟ ਗੁਰਦਿਆਲ ਸਿੰਘ ਜੀ ਸ਼੍ਰੀ ਭੈਣੀ ਸਾਹਿਬ ਪਹੁੰਚੇ ਉਹਨਾਂ ਨੇ ਸਾਧਗੁਰ ਜੀ ਦੇ ਦਰਸ਼ਨ ਕੀਤੇ ਸਾਗੂ ਸੱਚੇ ਪਾਤਸ਼ਾਹ ਜੀ ਕੋਲ ਆਪਣੇ ਲੜਕੇ ਅਵਤਾਰ ਸਿੰਘ ਦੀ ਬਾਣੀ ਅਰਜ ਕੀਤੀ ਤੇ ਨਾਲ ਹੀ ਭਗਵਾਨ ਸਿੰਘ ਦੇ بیٹے ਦੀ ਪ੍ਰਾਰਥਨਾ ਕੀਤੀ ਸ੍ਰੀ ਸਾਧਗੁਰ ਜੀ ਪ੍ਰਸੰਨ ਮੁਦਰਾ ਵਿੱਚ ਸਨ ਉਹਨਾਂ ਦੇ ਚਿਹਰੇ ਤੇ ਤੇਜ ਚਲਕ ਰਿਹਾ ਸੀ ਉਹ ਤੇ ਸਾਖਿਆਤ ਪਰਮੇਸ਼ਰ ਰੂਪਾ ਨਹੀਂ ਨਾਲ ਹੀ ਆਪਣੇ ਅਸਲੀ ਰੂਪ ਵਿੱਚ ਦਿਖਾਈ ਦੇਣ ਲੱਗ ਪਏ ਦੇਖ ਕੇ ਅੱਖਾਂ ਚੁੰਡਿਉਣ ਲੱਗ ਪਈਆਂ ਸਤਗੁਰੂ ਸ ਮਹਾਰਾਜ ਜੀ ਨੇ ਪ੍ਰਾਰਥਨਾ ਸੁਣੀ ਤੇ ਕੁਝ ਸਮੇ ਲਈ ਆਪਣੇ ਨੇਤਰ ਬੰਦ ਕਰ ਲਏ ਫਿਰ ਭਾਵ ਵੀ ਬੋਲ ਹੋ ਬਚਨ ਕੀਤੇ ਉਹਨੇ ਦੋਹਾਂ ਬੱਚਿਆਂ ਨੂੰ ਕਹੋ ਕਿ 40 ਦਿਨ ਭਜੰਦੀ ਇੱਕ ਮਾਲਾ ਕਰਿਆ ਕਰਨ ਨਾਲ ਹੀ ਹਰੋਸ਼ੀ ਸਤਗੁਰ ਪਤਾਰ ਸਿੰਘ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰਨ ਸੱਚੇ ਪਾਤਸ਼ਾਹ ਜੀ ਨੇ ਆਪਣਾ ਇਹ ਹੁਕਮ ਤਿੰਨ ਵਾਰ ਦੋਰਾਇਆ ਸੰਤ ਜੀ ਨੂੰ ਸ਼੍ਰੀ ਸਾਧਗੁਰੂ ਜੀ ਦੇ ਬਚਨ ਸੁਣ ਕੇ ਬੜੀ ਸ਼ਾਂਤੀ ਪ੍ਰਾਪਤ ਹੋਈ ਅਤੇ ਵਿਸ਼ਵਾਸ ਹੋ ਗਿਆ ਕਿ ਉਹਨਾਂ ਦੋਹਾਂ ਦੇ ਲੜਕੇ ਹੁਣ ਠੀਕ ਹੋ ਜਾਣਗੇ ਪਰੰਤੂ ਸੰਤ ਜੀ 30 ਦਿਨ ਤੱਕ ਸ਼੍ਰੀ ਪੈਣੀ ਸਾਹਿਬ ਰਏ ਤੇ ਆਪਣੇ ਲੜਕੇ ਨੂੰ ਸਾਧਗੁਰਾਂ ਦਾ ਹੁਕਮ ਵੀ ਨਾ ਦੱਸ सके ਪੂਰੇ ਮਹੀਨੇ ਬਾਅਦ ਸੰਗੁਰਦੇਵਾਲ ਸਿੰਘ ਜੀ ਆਪਣੇ ਪਿੰਡ ਵਾਪਸ ਪਹੁੰਚੇ ਅਤੇ ਜੋ ਹੁਕਮ ਸਾਧਗੁਰਾਂ ਨੇ ਕੀਤਾ ਸੀ ਉਹ ਭਗਵਾਨ ਸਿੰਘ ਨੂੰ ਵੀ ਦੱਸਣ ਲਈ ਚਲੇ ਗਏ। ਭਗਵਾਨ ਸਿੰਘ ਨੇ ਸੰਤ ਗੁਰਦੇਵਾਲ ਸਿੰਘ ਜੀ ਨੂੰ ਜੋ ਕੁਝ ਦੱਸਿਆ ਉਹ ਇਹ ਸੀ ਕਿ ਉਹਦੇ ਲੜਕੇ ਦੀ ਬਾਹ ਤਾਂ ਉਸੇ ਦਿਨ ਤੋਂ ਹੀ ਠੀਕ ਹੋਣੀ ਸ਼ੁਰੂ ਹੋ ਗਈ ਸੀ। ਸਾਧਗੁਰ ਜੀ ਦੀ ਅਪਾਰ ਕਿਰਪਾ ਨਾਲ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਚੱਲ ਰਿਹਾ ਸੀ। ਉਸਦੇ ਆਪਣੇ ਪੁੱਤਰ ਦੀ ਵੀ ਬਾਹ ਠੀਕ ਹੋਣੀ ਸ਼ੁਰੂ ਹੋ ਗਈ ਸੀ। ਸਾਧਗੁਰ ਜੀ ਦਾ ਬਚਨ ਕਦੇ ਵੀ ਖਾਲੀ ਨਹੀਂ ਜਾਂਦਾ। ਉਤੇ ਪਗਤਾਂ ਦੇ ਦੁੱਖ ਕੱਟਦੇ ਹਨ ਸੰਤੋਖ ਬਖਸ਼ਦੇ ਹਨ ਭਗਤ ਨੂੰ ਕੇਵਲ ਸ਼ਰਧਾ ਹੋਣੀ ਚਾਹੀਦੀ ਹੈ ਇੱਕ ਹੋਰ ਸਾਖੀ ਹੈ ਫਤਿਹਪੁਰ ਤਾਰਾ ਕਾਲਾ ਗੜ ਯੂਪੀ ਦੇ ਰਹਿਣ ਵਾਲੇ ਮੁਖਤਿਆਰ ਸਿੰਘ ਜੀ 2000 ਸੰਦੀ ਵਾਰਤਾ ਇਸ ਤਰ੍ਹਾਂ ਦੱਸਦੇ ਹਨ ਉਹਨਾਂ ਦੀ 4 ਸਾਲਾਂ ਦੀ ਬੇਟੀ ਸੰਦੀਪ ਕੌਰ ਨੂੰ ਬੁਖਾਰ ਹੋ ਗਿਆ। ਉਹ ਉਸਨੂੰ ਡਾਕਟਰ ਕੋਲ ਲੈ ਗਏ। ਜਦੋਂ ਦਵਾਈ ਲੈ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਬੱਚੀ ਨੂੰ ਦੌਰਾ ਪੈ ਗਿਆ। ਮੂੰਹ ਵਿੱਚੋਂ ਝੱਗ ਨਿਕਲਣ ਲੱਗ ਪਈ ਅਤੇ ਅੱਖਾਂ OD ਪੁਠੀਆਂ ਹੋ ਗਈਆਂ। ਉਹ ਘਬਰਾ ਗਏ ਅਤੇ ਰਸਤੇ ਵਿੱਚੋ ਹੀ ਵਾਪਸ ਡਾਕਟਰ ਦੇ ਕੋਲ ਲੈ ਗਏ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ ਕਿ ਇਸਨੂੰ 6 ਮਹੀਨੇ ਦਵਾਈ ਖਵਾਣੀ ਪਵੇਗੀ। ਬਿਲਕੁਲ ਠੀਕ ਹੋ ਜਾਵੇਗੀ 5 ਮਹੀਨੇ ਦਵਾਈ ਖਾਣ ਤੋਂ ਬਾਅਦ ਬੱਚੀ ਨੂੰ ਫਿਰ ਦੌਰਾਂ ਪੈ ਗਿਆ ਬਾਪ ਆਪ ਨੇ ਡਾਕਟਰ ਦਾ ਇਲਾਜ ਛੱਡ ਕੇ ਹੋਰ ਡਾਕਟਰ ਦਾ ਇਲਾਜ ਸ਼ੁਰੂ ਕਰ ਦਿੱਤਾ ਉਸ ਡਾਕਟਰ ਦਾ ਇਲਾਜ ਛੱਡ ਕੇ ਹੋਰ ਡਾਕਟਰ ਦਾ ਇਲਾਜ ਸ਼ੁਰੂ ਕਰ ਦਿੱਤਾ ਪਰ ਫਿਰ ਵੀ ਕੋਈ ਫਰਕ ਨਾ ਪਿਆ ਬੱਚੀ بیمار ਹੋਇਆ ਕਰੇ ਕੀ ਪਤਾ ਨਹੀਂ ਮੇਰੀ ਬੇਟੀ ਬਚੇਗੀ ਕਿ ਨਹੀਂ ਉਹਨਾਂ ਦੇ 6 ਸਾਲ ਦੇ ਬੇਟੇ ਮਨਦੀਪ ਸਿੰਘ ਦੇ ਪੇਟ ਵਿੱਚ ਵੀ ਦਰਦ ਰਹਿਣ ਲੱਗ ਪਈ। ਡਾਕਟਰ ਨੇ ਚੈੱਕਅਪ ਕਰਕੇ ਦੱਸਿਆ ਕਿ ਇਹ ਬਿਮਾਰੀ ਜੜੋਂ ਖਤਮ ਨਹੀਂ ਹੋ ਸਕਦੀ। ਇਹ ਸੁਣ ਕੇ ਉਹ ਬਹੁਤ ਪਰੇਸ਼ਾਨ ਰਹਿਣ ਲੱਗ ਪਏ। ਬਹੁਤ ਇਲਾਜ ਕਰਾਇਆ ਪਰ ਕੋਈ ਫਰਕ ਹੀ ਨਾ ਪਿਆ। ਉਹਨਾਂ ਨੇ ਸੋਚਿਆ ਕਿ ਕਿਉਂ ਨਾ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਜ ਕਰੀਏ। ਸੋ ਦੋਹਾਂ ਬੱਚਿਆਂ ਨੂੰ ਲੈ ਕੇ ਪੈਣੀ ਸਾਹਿਬ ਅਸੂ ਦੇ ਮੇਲੇ ਸਮੇਂ ਪਹੁੰਚੇ। ਉਹਨਾਂ ਨੇ ਨੀਂ ਨੀ ਓਟੀਆਂ ਦੀ ਓੜ ਨਹੀਂ ਆਸਰਿਆਂ ਦੇ ਆਸਰੇ ਸਤਿਗੁਰ ਜਗਜੀਤ ਸਿੰਘ ਜੀ ਦੇ ਚਰਣਾ ਵਿੱਚ ਨਿਮਾਣੇ ਹੋ ਕੇ ਅਰਜ਼ ਕੀਤੀ ਕਿ ਬੱਚਿਆਂ ਤੇ ਕਿਰਪਾ ਕਰੋ ਸਚਿਪਾਸ਼ਾ ਜੀ ਨੇ ਹੁਕਮ ਕੀਤਾ ਕਿ 40 ਦਿਨ ਰੋਜ਼ ਇੱਕ ਮਾਲਾ ਪਜੰਦੀ ਅਤੇ ਇੱਕ ਮਾਲਾ ਪਗੋਤੀਆਂ ਦੀ ਕਰੋ ਉਹਨਾਂ ਨੇ ਹੁਕਮ ਮੰਨ ਕੇ ਮਾਲਾ ਕੀਤੀਆਂ ਉਸ ਦੇ ਨਾਲ ਹੀ ਦੋਵੇਂ ਬੱਚੇ ਬਿਲਕੁਲ ਠੀਕ ਹੋ ਗਏ ਜੜੋ ਨਾ ਜਾ ਸਕਣ ਵਾਲੀ ਬਿਮਾਰੀ ਦੇ ਜਾਂਦਾ ਪਤਾ ਹੀ ਨਹੀਂ ਲਗਾ ਬਚਣਾ ਰੂਪ ਤੀਰ ਦੇ ਨਾਲ ਹੀ ਵੱਡੇ ਵੱਡੇ ਰੋਗ ਕਟਣ ਵਾਲੇ ਸਾਡੇ ਸਮਰਾਤ ਸਾਧਗੁਰ ਜੀ ਤਾਨ ਤਾਨ ਹਨ ਸਾਡੀ ਉਹਨਾਂ ਦੀ ਚਰਣਾ ਤੇ ਅਨੇਕਾਂ ਵਾਰੀ ਦੰਡੋਤ ਬੰਦਨਾ ਹੈ ਮੁਖਤਿਆਰ ਸਿੰਘ ਜੀ ਸਨ 1996 ਤਣੂਏ ਵੀ ਇੱਕ ਸਾਖੀ ਇਸ ਤਰ੍ਹਾਂ ਦੱਸਦੇ ਹਨ ਕਿ ਉਹਨਾਂ ਦੇ ਭਰਾ ਜਗਤਾਰ ਸਿੰਘ ਜੀ ਦੀ 11-12 ਸਾਲ ਦੀ ਬੇਟੀ ਸੁਰਿੰਦਰ ਕੌਰ ਨੂੰ ਬੁਖਾਰ ਰਹਿਣ ਲੱਗ ਪਿਆ ਡਾਕਟਰ ਨੂੰ ਵਿਖਾਇਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਦੇ ਦਿਲ ਦਾ ਵਾਲਵ ਖਰਾਬ ਹੈ ਉਹ ਬਦਲਣਾ ਪਵੇਗਾ 3-4 ਲੱਖ ਦਾ ਖਰਚਾ ਹੋ ਸਕਦਾ ਹੈ ਪਰ ਫਿਰ ਵੀ ਅਸੀਂ ਇਸ ਦੇ ਬਚਣ ਦੀ ਗਰੰਟੀ ਨਹੀਂ ਦੇ ਸਕਦੇ ਲੜਕੀ ਬਹੁਤ ਕਮਜ਼ੋਰ ਹੋ ਗਈ ਮਾਪਾ ਪਿੰਨਾ ਖਰਚ ਕਰਨ ਦੇ ਸਮਰੱਥ ਨਹੀਂ ਸਨ ਉਹ ਚਿੰਤਾ ਵਿੱਚ ਡੁੱਬ ਗਏ ਕਿ ਪਤਾ ਨਹੀਂ ਸਾਡੀ ਬੱਚੀ ਦਾ ਹੁਣ ਕੀ ਬਣੇਗਾ ਮੁਖਤਿਆਰ ਸਿੰਘ ਜੀ ਨੇ ਉਹਨਾਂ ਨੂੰ ਕਿਹਾ ਕਿ ਸ਼੍ਰੀ ਪੈਣੀ ਸਾਹਿਬ ਨਿਓਟਿਆਂ ਦੀ ਓਟ ਸ਼੍ਰੀ ਸਾਧਗੁਰੂ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਅਰਜ ਕਰਿਓ ਉਹ ਬੱਚੀ ਨੂੰ ਲੈ ਕੇ ਸ਼੍ਰੀ ਪੈਣੀ ਸਾਹਿਬ ਪਹੁੰਚ ਗਏ ਉਹਨਾਂ ਨੇ ਪਵਿੱਤਰ ਚਰਨਾਂ ਵਿੱਚ ਅਰਜ ਕੀਤੀ ਕਿ ਗਰੀਬ ਨਿਵਾਜ ਬੱਚੀ ਬਹੁਤ ਬਿਮਾਰ ਰਹਿੰਦੀ ਹੈ ਡਾਕਟਰਾਂ ਨੇ ਦੱਸਿਆ ਹੈ ਕਿ ਇਸ ਦੇ ਦਿਲ ਦਾ ਵਾਲਵ ਖਰਾਬ ਹੈ ਇਸ ਨੂੰ ਬਦਲਣ ਵਾਸਤੇ 3-4 ਲੱਖ ਰੁਪਿਆ ਲੱਗ ਸਕਦਾ ਹੈ ਪਰ ਫਿਰ ਵੀ ਇਸ ਦੇ ਬਚਣ ਦੀ ਗਰੰਟੀ ਨਹੀਂ ਦੇ ਸਕਦੇ ਅਸੀਂ ਇੰਨਾ ਖਰਚ ਕਰ ਨਹੀਂ ਸਕਦੇ ਆਪ ਜੀ ਹੀ ਕਿਰਪਾ ਕਰੋ ਜੀ ਸੱਚੇ ਪਾਸ਼ਾ ਜੀ ਨੇ ਲੁਧਿਆਣੇ ਦੇ ਦਵਾਈ ਸੱਚੇ ਪਾਸ਼ਾ ਜੀ ਨੇ ਲੁਧਿਆਣੇ ਤੋਂ ਦਵਾਈ ਲਿਆਉਣ ਦਾ ਹੁਕਮ ਕੀਤਾ ਨਾਲ ਹੀ ਬਚਨ ਕੀਤਾ ਕਿ ਬੱਚੀ ਠੀਕ ਹੋ ਜਾਵੇਗੀ ਲੜਕੀ ਦੇ ਮਾਤਾ ਪਿਤਾ ਨੇ ਸੋਚਿਆ ਕਿ ਅਸੀਂ ਦਵਾਈ ਲੈਣ ਨਹੀਂ ਜਾਣਾ ਸੱਚੇ ਪਾਤਸ਼ਾਹ ਜੀ ਦੇ ਮੁਖਾਰ ਵੀਨ ਤੋਂ ਬਚਨ ਨਿਗਲਿਆ ਹੈ ਕਿ ਬੱਚੀ ਠੀਕ ਹੋ ਜਾਵੇਗੀ ਇਹ ਬਚਨ ਬਿਰਥਾ ਨਹੀਂ ਜਾ ਸਕਦਾ ਹੁਣ ਬੱਚੀ ਠੀਕ ਹੋ ਹੀ ਜਾਵੇਗੀ ਉਹ ਦਵਾਈ ਲੈਣ ਤੋਂ ਬਗੈਰ ਹੀ ਵਾਪਸ ਚਲੇ ਗਏ ਬੱਚੀ ਬਿਲਕੁਲ ਠੀਕ ਹੋ ਗਈ ਉਸਦੇ ਦਿਲ ਦਾ ਵਾਲ ਉਸ ਸ੍ਰਿਸ਼ਟੀ ਦੇ ਰਚਨਹਾਰ 사ਧਗੁਰ ਜਗਜੀਤ ਸਿੰਘ ਜੀ ਦੇ ਬਚਨਾ ਨਾਲ ਹੀ ਬਿਲਕੁਲ ਠੀਕ ਹੋ ਗਿਆ ਹੁਣ ਤੱਕ ਉਹ ਬਿਲਕੁਲ ਠੀਕ ਹੈ ਉਸਦਾ ਵਿਆਹ ਵੀ ਹੋ ਗਿਆ ਹੈ ਅਤੇ ਉਹ ਇੱਕ ਬੱਚੀ ਦੀ ਮਾਂ ਹੈ ਅਣ ਹੋਣੀ ਨੂੰ ਹੋਣੀ ਕਰ ਸਕਣ ਦੇ ਸਮਰਾਤ 사ਧਗੁਰ ਜੀ ਦੇ ਪਵਿੱਤਰ ਚਨ ਕਮਲਾਤੇ ਸਾਡੀ ਕੋਟੀ